ਫਰੀਦਕੋਟ ਦੇ ਪਿੰਡ ਅਰਾਇਆਂਵਾਲੇ ਦੇ ਵਿੱਚ ਪੁਰਾਣੀ ਰੰਜਿਸ਼ ਦੇ ਚੱਲਦੇ ਇੱਕ ਵਿਅਕਤੀ ਦਾ ਬੇਰਹਿਮੀ ਨਾਲ ਕਤਲ ਕੀਤਾ ਗਿਆ ਹੈ। ਮ੍ਰਿਤਕ ਦੀ ਪਹਿਚਾਣ ਸੋਨ ਸਿੰਘ ਵਜੋਂ ਹੋਈ ਹੈ। ਉਹ ਆਪਣੇ ਪੰਚਾਇਤ ਮੈਂਬਰ ਨੂੰ ਮਿਲਣ ਲਈ ਜਾ ਰਿਹਾ ਸੀ ਕਿ ਰਸਤੇ ਵਿੱਚ ਹੀ ਘਾਤ ਲਗਾ ਕੇ ਬੈਠੇ ਕਾਤਲਾਂ ਨੇ ਉਸ ਤੇ ਤੇਜ਼ ਧਾਰ ਹਥਿਆਰਾਂ ਨਾਲ ਹਮਲਾ ਕਰਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਇਸ ਮੌਕੇ ਮੌਜੂਦ ਲੋਕਾਂ ਦੀ ਮਦਦ ਨਾਲ ਪਰਿਵਾਰ ਵਾਲਿਆਂ ਨੇ ਜ਼ਖਮੀ ਹਾਲਤ ਵਿੱਚ ਉਸ ਨੂੰ ਫਰੀਦਕੋਟ ਦੇ ਹਸਪਤਾਲ 'ਚ ਪਹੁੰਚਾਇਆ, ਪਰ ਗੰਭੀਰ ਹਾਲਤ ਹੋਣ ਕਰਕੇ ਬਠਿੰਡਾ ਦੇ ਇੱਕ ਨਿੱਜੀ ਹਸਪਤਾਲ 'ਚ ਉਸ ਨੂੰ ਬਾਅਦ ਵਿੱਚ ਭੇਜ ਦਿੱਤਾ ਗਿਆ, ਪਰ ਉੱਥੇ ਉਸ ਦੀ ਮੌਤ ਹੋਈ ਹੈ। ਪੀੜਤ ਪਰਿਵਾਰ ਵੱਲੋਂ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕਰਨ ਤੋਂ ਇਲਾਵਾ ਇਨਸਾਫ ਦਿਵਾਉਣ ਦੀ ਮੰਗ ਵੀ ਕੀਤੀ ਜਾ ਰਹੀ ਹੈ। ਇਸ ਮੌਕੇ ਜਾਣਕਾਰੀ ਦਿੰਦੇ DSP ਫਰੀਦਕੋਟ ਜਸਮੀਤ ਸਿੰਘ ਨੇ ਦੱਸਿਆ ਹੈ ਕਿ ਦੇਰ ਰਾਤ ਫਰੀਦਕੋਟ ਦੇ ਪਿੰਡ ਅਰਾਇਆਂਵਾਲਾ ਦੇ ਵਿੱਚ ਦੋ ਧਿਰਾਂ ਵਿੱਚ ਪੁਰਾਣੀ ਰੰਜਿਸ਼ ਨੂੰ ਲੈ ਕੇ ਲੜਾਈ ਹੋਈ ਸੀ, ਜਿਸ ਵਿੱਚ ਸੋਹਣ ਸਿੰਘ ਨਾਮੀ ਵਿਅਕਤੀ ਦੀ ਮੌਤ ਹੋਈ ਹੈ। ਪ੍ਰਭਜੋਤ, ਕੀ ਗੱਲ ਹੋਈ ਤੁਹਾਡੇ ਨਾਲ? ਕੁਛ ਨਹੀਂ, ਮੇਰਾ ਵੱਡਾ ਤਾਇਆ ਸੀਗਾ ਜਿਹੜਾ, ਉਹ ਦੁੱਧ ਲੈਣ ਗਏ ਸੀਗੇ ਤੇ ਉਹ ਫਿਰ ਉਹਨਾਂ ਨਾਲ ਕੁੱਟਮਾਰ ਕੀਤੀ, ਉਹਨਾਂ ਦੀ ਬਾਂਹ ਤੋੜਤੀ, ਉਹ ਫਿਰ ਘਰੇ ਵਾਪਸ ਆ ਗਏ। ਫਿਰ ਬਾਅਦ 'ਚ ਡੈਡੀ ਗਏ ਮੈਂਬਰ ਕੋਲੇ, ਜਦੋਂ ਮੈਂਬਰ ਕੋਲੇ ਗਏ ਤੇ ਮੈਂਬਰ ਘਰੇ ਹੈ ਨਹੀਂ ਸੀਗੇ। ਫਿਰ ਡੈਡੀ ਉੱਥੇ ਚੌਂਕ 'ਚ ਗਏ ਵੀ ਮੈਂਬਰ ਉੱਥੇ ਹੋਣਾ, ਪਹਿਲਾਂ ਲੜਾਈ ਹੋਈ ਸੀ ਵੀ ਉੱਥੇ ਹੋਊਗਾ, ਫਿਰ ਉੱਥੇ ਵੀ ਹੈ ਨਹੀਂ ਸੀਗੇ। ਫਿਰ ਉੱਥੇ ਉਹ ਖੜਾ ਸੀਗਾ ਜੀ, ਦੂਜੀ ਪਾਰਟੀ, ਹਾਂ ਦੂਜੀ ਪਾਰਟੀ ਵਾਲੇ ਖੜੇ ਸੀਗੇ ਤੇ ਉਹਨਾਂ ਕੋਲੇ ਸੰਦ ਵੀ ਸੀਗੇ, ਟੋਕੀਆਂ ਕੁਹਾੜੇ ਕਾਪੇ ਕਿਰਪਾਨਾਂ ਸੀਗੀਆਂ ਕਾਫੀ ਕੁਛ ਹੀ, ਤੇ ਫਿਰ ਡੈਡੀ ਨੂੰ ਉੱਥੇ ਉਹਨਾਂ ਨੇ ਢਾਲ ਲਿਆ ਜੀ। ਰੰਜਿਸ਼ ਕੋਈ ਪੁਰਾਣੀ ਹੈ ਜਾਂ ਕੱਲ ਦੀ? ਇਹ ਪਹਿਲਾਂ ਪੁਰਾਣਾ ਰੌਲਾ ਸੀਗਾ, ਉਹ 10-15 ਸਾਲ ਹੋ ਗਏ ਨਿਬੜਿਆ। ਸਾਡਾ ਪੁਰਾਣਾ ਘਰ ਉਹਨਾਂ ਦੇ ਘਰ ਸਾਹਮਣੇ ਸੀਗਾ, ਉਹ ਤਾਂ ਨਿਬੜ ਗਿਆ, ਹੁਣ ਇੱਧਰ ਆਏ ਅਸੀਂ ਕੱਲ ਫਿਰ 7 ਵਜੇ। ਜਦੋਂ ਜੀ ਕਰਦਾ ਇਹਨਾਂ ਦਾ ਉਦੋਂ ਹੀ ਗੱਲ ਪੈ ਜਾਂਦੀ ਹੈ ਸਾਡੀ। ਤੁਹਾਡੇ ਬੰਦੇ ਦਾ ਕੀ ਹਾਲ ਹੈ? ਸਾਡੇ ਬੰਦੇ ਦਾ ਇੱਕ ਤਾਂ ਐਕਸਪਾਇਰ ਹੋ ਗਿਆ ਜੀ, ਹਾਂ, ਤੇ ਇੱਕ ਬੰਦੇ ਦੀ ਬਾਂਹ ਟੁੱਟ ਗਈ, ਸਿਰ 'ਚ ਟਾਂਕੇ ਲੱਗੇ ਆ ਜੀ। ਕੀ ਮੰਗ ਕੀ ਹੈ ਤੁਹਾਡੀ ਸਰਕਾਰ ਤੋਂ? ਮੰਗ ਕੀ, ਇਨਸਾਫ ਮਿਲਣਾ ਚਾਹੀਦਾ, ਉਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਜੀ। ਜਿਹੜੇ ਉਹ ਬੰਦੇ ਸੀ ਉਹਨਾਂ ਨਾਲ ਤੁਹਾਡੇ ਕੋਈ ਸਾਕ ਸਕੀ ਹੈ? ਤੁਹਾਡੇ ਨਹੀਂ ਨਹੀਂ ਕੋਈ ਸਗਾ ਨਹੀਂ ਗਾ ਜੀ, ਬਸ ਪੁਰਾਣੇ ਗੁਆਂਢੀ ਸੀਗੇ ਉਧਰ ਵਾਲੇ ਘਰ 'ਚ ਜੀ, ਹੁਣ ਕੋਈ ਲਿੰਕ ਨਹੀਂ ਗਾ, ਉਹਨਾਂ ਦੀ ਹੋਰ ਗਲੀ 'ਚ ਘਰ ਹੈ ਜੀ, ਆਪਣਾ ਹੋਰ ਗਲੀ 'ਚ ਘਰ ਹੈ ਜੀ, ਹੁਣ ਦੂਜੀ ਥਾਂ ਤੇ ਛੱਡ ਕੇ। ਹਾਂਜੀ, ਕੀਤੀ ਪੁਲਿਸ ਨੇ ਕਾਰਵਾਈ ਜੀ। ਗੱਲ ਬੀਤੇ ਦਿਨੀ ਰਾਈਆਂ ਵਾਲਾ ਪਿੰਡ ਜਿਹੜਾ ਸਦਰ ਥਾਣੇ ਦੇ ਅੰਡਰ ਪੈਂਦਾ, ਇੱਥੇ ਦੋ ਧਿਰਾਂ ਦੀ ਲੜਾਈ ਹੋਈ ਸੀ, ਸੋਹਣ ਸਿੰਘ ਹੋਰਾਂ ਦੀ ਤਾਂ ਸਤਨਾਮ ਹੋਰਾਂ ਦੀ, ਉਹਦੇ 'ਚ ਇੱਕ ਜਿਹੜੀ ਸੋਹਣ ਸਿੰਘ ਪਾਰਟੀ ਹੈ, ਇਹਦੇ 'ਚ ਸੋਹਣ ਸਿੰਘ ਦੇ ਸਿਰ 'ਚ ਜ਼ਿਆਦਾ ਸੱਟ ਲੱਗ ਗਈ ਸੀ। ਇਹਨੂੰ ਇੱਥੇ ਗੌਂਡ ਮੈਡੀਕਲ ਕਾਲਜ ਲੈ ਕੇ ਆਏ ਸੀ ਇਹਦੇ ਘਰ ਦੇ, ਤਾਂ ਅਗਾਂਹ ਉਹਨਾਂ ਨੇ ਬਠਿੰਡੇ ਰੈਫਰ ਕਰਤਾ ਜੀ, ਬਟ ਇਹਦੀ ਫਿਰ ਡੈਥ ਹੋ ਗਈ ਹੈ ਜੀ। ਉਹਦੇ 'ਚ ਹੁਣ ਫਿਰ ਆਪਾਂ ਪਰਚਾ ਦਰਜ ਕਰਕੇ ਅਤੇ ਅੱਗੇ ਕਾਰਵਾਈ ਕਰਨੀ ਹੈ। ਇਹਨਾਂ ਦੀ ਪੁਰਾਣੀ ਰੰਜਿਸ਼ ਹੈ ਜੀ। ਫਰੀਦਕੋਟ ਤੋਂ ਸੰਦੀਪ ਸੇਠੀ ਦੀ ਰਿਪੋਰਟ, ਪੰਜਾਬ ਟੂਡੇ।